ਗੁਰਦਾਸਪੁਰ ਮੀਟਿੰਗ ਹੋਈ ਹੈ, ਕੀ ਮੇਨ ਅਜੰਡੇ ਸੀਗੇ, ਕਿੰਨੀਆਂ ਨਿਯੁਕਤੀਆਂ ਹੋਈਆਂ? ਅੱਜ ਨਿਯੁਕਤੀਆਂ ਈਸਟ ਹਲਕੇ ਤੋਂ ਸਾਡੇ ਤਰਸੇਮ ਸਿੰਘ ਜੀ ਪਿੰਡਰ, ਪਹਿਲਾਂ ਉਹ ਚੰਡੀਗੜ੍ਹ ਜੁਆਇਨ ਕਰ ਚੁੱਕੇ ਆ, ਉਹਨਾਂ ਦੇ ਨਾਲ ਸੰਧੂ ਸਾਹਿਬ, ਪਲਾਹ ਸਾਹਿਬ ਅਤੇ ਭਰਪੂਰ ਸਿੰਘ ਜੀ 60 ਸਾਥੀਆਂ ਦੇ ਸਮੇਤ ਉਹ ਅੱਜ ਤੋਂ 3 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਪ੍ਰਭਾਰੀ ਸਰਦਾਰ ਜਰਨੈਲ ਸਿੰਘ ਜੀ MLA ਤਿਲਕਨਗਰ ਉਹਨਾਂ ਤੋਂ ਉੱਥੇ ਜੁਆਇਨਿੰਗ ਹੋਈ ਸੀ, ਅਸੀਂ ਵੀ ਉੱਥੇ ਨਾਲ ਸੀ। ਅੱਜ ਉਹਨਾਂ ਦਾ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਨਾਲ ਮਿਲਣੀ ਕਰਾਉਣ ਲਈ ਔਫਿਸ ਦੇ ਵਿੱਚ ਮੀਟਿੰਗ ਸੱਦੀ। ਉਹਨਾਂ ਦੇ ਨਾਲ ਨਾਲ ਜਿਹੜੇ 10-15 ਦਿਨ ਪਹਿਲਾਂ ਤੋਂ ਜੁਆਇਨਿੰਗ ਚੱਲ ਰਹੀਆਂ, ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਾਡੇ SP ਸਿੰਘ ਜੀ ਰਿਟਾਇਰਡ ਮੈਨੇਜਰ, ਚੀਫ ਮੈਨੇਜਰ SBI, ਉਹਨਾਂ ਦੇ ਨਾਲ ਸੈਣੀ ਜੀ ਜਿਹੜੇ ਪਹਿਲਾਂ ਵੀ ਬਹੁਤ ਸਾਰੀਆਂ ਜੁਆਇਨਿੰਗ ਡੇਲੀ ਹੋ ਰਹੀਆਂ, ਉਹਨਾਂ ਸਭ ਦੀ ਅੱਜ ਮੀਟਿੰਗ ਸੱਦ ਕੇ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਨੂੰ ਇੱਕ ਮਿਲਣੀ ਦੇ ਰੂਪ ਵਿੱਚ ਮਿਲਾਇਆ ਉਹਨਾਂ ਨੂੰ, ਤਾਂ ਜੋ ਅੱਗੇ ਇੱਕ ਟੀਮ ਵਰਕ ਦਾ ਕੰਮ ਵੱਧ ਸਕੇ ਅਤੇ ਰੋਜ਼ਾਨਾ ਸਾਨੂੰ ਔਫਰਾਂ ਆ ਰਹੀਆਂ ਮਤਲਬ ਜੁਆਇਨ ਕਰਨ ਦੀਆਂ। ਹੁਣ ਤੁਸੀਂ ਦੇਖੋਗੇ ਜਨਵਰੀ ਦੇ ਵਿੱਚ ਹੀ ਬਹੁਤ ਸਾਰੀਆਂ ਜੁਆਇਨਿੰਗ ਹੋਣ ਜਾ ਰਹੀਆਂ ਨੇ। ਬਹੁਤ ਲਗਾਤਾਰ ਆਮ ਆਦਮੀ ਪਾਰਟੀ 'ਚ ਪਹਿਲਾਂ ਲੋਕ ਛੱਡ ਕੇ ਜਾ ਰਹੇ ਸੀ, ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਵੇਵ ਖਤਮ ਹੋ ਗਈ, ਹੁਣ ਆਮ ਆਦਮੀ ਪਾਰਟੀ ਦੀ ਲਗਾਤਾਰ ਜਿਹੜੇ ਜੁਆਇਨਿੰਗ ਹੋ ਰਹੀ। ਛੱਡ ਕੇ ਨਹੀਂ ਸੀ ਜਾ ਰਹੇ, ਇਹ ਮੀਡੀਆ ਦਾ ਰੋਲ ਸੀ। ਹਾਂ, ਜਦੋਂ ਵੀ ਇਲੈਕਸ਼ਨ ਓਵਰ ਹੁੰਦੀ ਹੈ ਕੁਛ ਵਲੰਟੀਅਰ ਸਾਇਲੈਂਟ ਹੋ ਜਾਂਦੇ ਆ, ਜਿਉਂ ਜਿਉਂ ਟਾਈਮ ਆਉਂਦਾ ਉਹ ਫਿਰ ਐਕਟਿਵ ਹੋ ਜਾਂਦੇ। ਛੱਡ ਕੇ ਕੋਈ ਨਹੀਂ ਗਿਆ, ਜੇ ਕੋਈ ਇੱਕਾ ਦੁੱਕਾ ਛੱਡ ਕੇ ਗਏ ਸੀ ਉਹ ਵਾਪਸ ਸਾਰੇ ਆ ਚੁੱਕੇ ਨੇ ਅਤੇ ਸਾਰੇ ਆ ਚੁੱਕੇ ਨੇ ਅਤੇ ਹੁਣ ਤਾਂ ਨਵੀਆਂ ਜੁਆਇਨਿੰਗਾਂ ਦਾ ਤੁਸੀਂ ਸਮਝੋ ਵੀ ਹੜ ਆਇਆ ਪਿਆ, ਕਿਸੇ ਕਿਸਮ ਦੀ ਕੋਈ ਵੀ ਰੁਕਾਵਟ ਨਹੀਂ। ਚਾਰੇ ਪਾਸਿਓਂ ਆਵਾਜ਼ਾਂ ਆ ਰਹੀਆਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਆ ਰਹੇ ਆ। ਬਕਾਇਦਾ ਪ੍ਰਾਪਰਟੀ ਦਾ ਇੱਕ ਪਾਰਟੀ ਦਾ ਇੱਕ ਪ੍ਰੋਸੀਜਰ ਅਡੋਪਟ ਕਰਕੇ ਜੁਆਇਨਿੰਗ ਕਰਾਈਆਂ ਜਾ ਰਹੀਆਂ ਅਤੇ 2022 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਜ਼ੋਰ ਸ਼ੋਰ ਨਾਲ ਪਾਵਰ ਦੇ ਵਿੱਚ ਆਉਣ ਜਾ ਰਹੀ ਹੈ ਅਤੇ ਉਹਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਨੇਤਾ ਜੀ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਵੋਟ ਇਸ ਕਰਕੇ ਮੰਗੀ ਕਿ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਦਿਓ, ਉਸੇ ਗੱਲ ਨੇ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਵਰਸ਼ ਦੇ ਵਿੱਚ ਇੱਕ ਕ੍ਰਾਂਤੀ ਲਿਆਂਦੀ ਅਤੇ ਉਸ ਗੱਲ ਨੂੰ ਔਰ ਤੀਜੀ ਵਾਰ ਸਰਕਾਰ ਬਣਾਈ ਲੋਕਾਂ ਨੇ, ਦਿੱਲੀ ਦੇ ਲੋਕਾਂ ਨੇ, ਦਿੱਲੀ ਦੇ ਵੋਟਰਾਂ ਨੇ ਉਸ ਗੱਲ 'ਤੇ ਮੋਹਰ ਲਾਈ ਉਸੇ ਗੱਲ ਨੂੰ ਲੈ ਕੇ ਅਤੇ ਦਿੱਲੀ ਦਾ ਮਾਡਲ ਜਿਵੇਂ ਬਿਜਲੀ ਦਾ, ਪਾਣੀ ਦਾ, ਵਧੀਆ ਐਜੂਕੇਸ਼ਨ, ਸਸਤਾ ਸਿਹਤ ਇਲਾਜ, ਉਹ ਗੱਲਾਂ ਦੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸਾਨੂੰ ਕਿਸੇ ਵੀ ਜਾ ਕੇ ਡਿਟੇਲ ਦੱਸਣ ਤੋਂ ਪਹਿਲਾਂ ਹਰ ਬੰਦਾ ਆਪ ਹੀ ਬੋਲ ਪੈਂਦਾ ਕਿ ਦਿੱਲੀ ਦੇ ਵਿੱਚ ਤੋਂ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਅਸੀਂ ਇਸ ਵਾਰ ਜ਼ਰੂਰ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਵਾਂਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਵਾਂਗੇ। ਅੱਜ ਦੀ ਜੋ ਇਹ ਮੀਟਿੰਗ ਹੋ ਰਹੀ ਹੈ, ਸਾਡੇ ਜਿੰਨੇ ਵੀ ਲੁਧਿਆਣੇ ਦੇ ਵਲੰਟੀਅਰਸ ਵਰਕਰਸ ਐਂਡ ਜੋ ਵੀ ਬਲੋਕ ਪ੍ਰਧਾਨ ਆਏ ਨੇ ਜਾਂ ਨਵੀਂ ਜੁਆਇਨਿੰਗ ਜਿਹੜੇ ਬੰਦਿਆਂ ਨੇ ਕੀਤੀ ਹੈ, ਅਸੀਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਜੀ ਆਏ ਹਾਂ ਕਹਿਣ ਵਾਸਤੇ, ਉਹ ਦੂਜੀ ਗੱਲ ਸਨਮਾਨਿਤ ਕਰਨ ਵਾਸਤੇ ਅਤੇ ਸਾਰੇ ਨੂੰ ਖਤਮ ਕੀਤਾ। ਅਤੇ ਇਹਦੇ ਨਾਲ ਇਹ ਹੈ ਵੀ ਜਿਹੜੇ ਬੰਦੇ ਸਾਡੇ ਨਵੇਂ ਪੁਰਾਣੇ ਵਲੰਟੀਅਰਸ ਜਾਂ ਵਰਕਰਸ ਨੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਾਡੇ ਨਾਲ ਨਵੀਂ ਟੀਮ ਕਿਹੜੀ ਜੁੜ ਰਹੀ ਹੈ ਔਰ ਕਿਹੜੇ ਕਿਹੜੇ ਏਰੀਏ ਤੋਂ ਜੁੜ ਰਹੀ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਆਪਣੇ ਏਰੀਏ ਦੇ ਵਿੱਚ ਬੁਲਾ ਕੇ ਅਤੇ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਨਾਲ ਸਾਡੇ ਅਸੀਂ ਇਸ ਮੁੱਦੇ 'ਤੇ ਵੀ ਗੱਲ ਕਰਨੀ ਹੈ, ਜਿਹੜੇ ਸਾਡੇ ਕਿਸਾਨ ਵੀਰ ਠੰਡ ਦੇ ਵਿੱਚ ਦਿੱਲੀ ਦੇ ਵਿੱਚ ਆਪਣੇ 3 ਕਾਨੂੰਨਾਂ ਦੇ ਪ੍ਰਤੀ ਲੜਾਈ ਲੜ ਰਹੇ ਹਨ, ਉਹਨਾਂ ਨੂੰ ਇਸ ਲੜਾਈ ਦੇ ਨਾਲ ਅਸੀਂ ਹਰ ਇੱਕ ਭਰਾ ਨੂੰ, ਵੀਰ ਨੂੰ, ਜਿੰਨੇ ਵੀ ਮੇਰੇ ਮਜ਼ਦੂਰ ਭਰਾ ਜਾਂ ਕੋਈ ਹੋਰ ਨੇ, ਅਸੀਂ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਦਾ ਸਾਥ ਦੇਣ, ਦਿਲੋਂ ਸਾਥ ਦੇਣ, ਹਰੇਕ ਤਰ੍ਹਾਂ ਦਾ ਸਾਥ ਦੇਣ। ਜਿੱਥੇ ਵੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਸਿੱਧੇ ਤੌਰ 'ਤੇ ਕਹਿਣਾ ਚਾਹੁੰਦੇ ਹਾਂ ਵੀ ਜਿੱਥੇ ਵੀ ਕਿਸਾਨ ਵੀਰਾਂ ਨੂੰ ਸਾਡੀ ਜ਼ਰੂਰਤ ਪੈਂਦੀ ਹੈ ਜਾਂ ਸਾਡੀ ਆਮ ਆਦਮੀ ਪਾਰਟੀ ਦੇ ਵਰਕਰਸ ਵਲੰਟੀਅਰਸ ਐਂਡ ਮਤਲਬ ਕਿਸੇ ਦੇ ਵੀ ਪ੍ਰਧਾਨਾਂ ਦੀ ਵੀ ਜ਼ਰੂਰਤ ਪੈਂਦੀ ਹੈ, ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਸਾਨੂੰ ਇਹ ਚਾਹੀਦਾ ਹੈ ਕਿ ਜਿੰਨੇ ਵੀ ਸਾਡੇ ਕੋਈ ਮਜ਼ਦੂਰ ਭਰਾ ਔਰ ਬਿਜ਼ਨਸਮੈਨ ਛੋਟੇ ਵੱਡੇ ਜਿੰਨੇ ਵੀ ਹੈ, ਉਹਨਾਂ ਨੂੰ ਵੀ ਇਹ ਚਾਹੀਦਾ ਕਿ ਨਾਲ ਉਹ ਵੀ ਕਿਸਾਨ ਵੀਰਾਂ ਦੀ ਹੈਲਪ ਕਰਨ। ਇਸ ਤੋਂ ਇਲਾਵਾ ਹੋਰ ਵੀ ਕਈ ਸਾਡੇ ਇਹੋ ਜਿਹੇ ਭਰਾ ਨੇ ਜਿਹੜੇ ਸਾਡੇ ਕਿਸਾਨ ਵੀਰਾਂ ਦੇ ਆਧਾਰ 'ਤੇ ਕਿੰਤੂ ਪ੍ਰਿੰਤੂ ਦੇ ਚੱਕਰ 'ਚ ਫਸੇ ਹੋਏ ਹਨ ਵੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ, ਇਸ ਤਰ੍ਹਾਂ। ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਭਾਅ ਜੀ ਵੀ ਅੱਜ ਤਾਂ ਇਹ ਸਿਰਫ ਕਿਸਾਨ ਵੀਰਾਂ ਦੀ ਲੜਾਈ ਹੈ, ਪਰ ਅੱਗੇ ਜਿਵੇਂ ਜਿਵੇਂ ਇਹ ਵੱਧਦੀ ਗਈ ਤਾਂ ਹੋ ਸਕਦਾ ਵੀ ਇਹ ਆਮ ਜਨਤਾ ਦੀ ਵੀ ਲੜਾਈ ਹੋ ਸਕਦੀ ਹੈ। ਇਸ ਕਰਕੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿ ਹਰ ਕੋਈ ਬੰਦਾ ਕਿਸਾਨ ਵੀਰਾਂ ਦੇ ਨਾਲ ਜੁੜੇ ਔਰ ਉਹਨਾਂ ਦੀ ਹੈਲਪ ਕਰੇ। ਧੰਨਵਾਦ।
ਹੋਇਆ।